ਕਰੋ ਬੋਲਦੇ ਹੋ ਕਿਹਦੇ ਸਿੰਦੇ ਕੇ ਕਰੋ ਕਿਹੜਾ ਤੁਹਾਡਾ ਜਵਾਕ ਜਿਹੜਾ ਕੌਣ ਸਕੂਲ ਚ ਬੋਲਦੇ ਆ ਰਿਜ਼ਲਟ ਸੀਗਾ ਅੱਜ ਸਿੰਦੇ ਦਾ ਅੱਛਾ ਕੀ ਹੋ ਗਿਆ ਰਿਜ਼ਲਟ ਆ ਰਿਜ਼ਲਟ ਕਿਹਦਾ ਸਿੰਦੇ ਦਾ ਦੱਸਿਆ ਨੀ ਤੁਹਾਨੂੰ ਸਿੰਦੇ ਨੇ ਕੀ ਕਰਕੇ ਆਇਆ ਵਾ ਤੂੰ ਸਕੂਲ ਚ ਮਾਸਟਰ ਤੁਹਾਡਾ ਮੈਨੂੰ ਫੋਨ ਲਾਈ ਜਾਂਦਾ ਰਿਜ਼ਲਟ ਅੱਜ ਸਿੰਦੇ ਦਾ ਤੁਸੀਂ ਰਿਜ਼ਲਟ ਲੈਣ ਆਏ ਹੋ ਸਕੂਲ ਓ ਅੱਛਾ ਰਿਜ਼ਲਟ ਹਾਂਜੀ ਹਾਂਜੀ ਓ ਮੈਂ ਕਿਹਾ ਪਤਾ ਨੀ ਕੀ ਹੋ ਗਿਆ ਆ ਜਾ ਹੋਏ ਨੇ ਅਗਲੀ ਵਾਰ ਫੋਲ ਤੋਂ ਫੋਲ ਲੈਣੇ ਚਾਹੀਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਪੜ੍ਹਦੇ ਸਾਡੀ ਕੁੜੀ ਪੜ੍ਹਦੀ ਤਾਂ ਵਧੀਆ ਗਈ ਪਰ ਸ਼ਰਾਰਤਾਂ ਬਹੁਤ ਕਰਦੀ ਆ ਕੁੜੀ ਤੇ ਸਿੱਪਲ ਹੀ ਸਿੱਟਦੀ ਜੀ ਇਹ ਚੱਲ ਕੋਈ ਨਾ ਹੁੰਦਾ ਮੈਡਮ ਅਸੀਂ ਇਹਨੂੰ ਟੋਕ ਦਾਂਗੇ ਪਰ ਤੁਹਾਨੂੰ ਵੀ ਪਤਾ ਯਾਰੀ ਦੋਸਤੀ ਜੇ ਹੁੰਦਾ ਰਹਿੰਦਾ ਵਾ ਤੁਸੀਂ ਸਮਝਾਓ ਜੀ ਥੋੜਾ ਜਿਹਾ ਇਹਨੂੰ ਬਹੁਤ ਸ਼ਰਾਰਤਾਂ ਕਰਦੀ ਆ ਜੀ ਕਲਾਸ ਚ ਕੋਈ ਨਾ ਤਾਂ ਮੈਡਮ ਸਮਝਾ ਦੋ ਇਹਨੂੰ ਕੋਈ ਨਾ ਕਰੀ ਹਾਂਜੀ ਨੰਬਰ ਕਿਵੇਂ ਆਇਆ ਮੈਂ ਤਾਂ ਲਗਾ ਫੇਲ ਹੋ ਗਈ ਇੱਕ ਅੱਧੇ ਕੋਈ ਨਹੀਂ ਵੀ ਪਾਸ ਹੈ ਜੀ ਬਹੁਤ ਵਧੀਆ ਨੰਬਰ ਆਇਆ ਪਰ ਸ਼ਰਾਰਤਾਂ ਬਹੁਤ ਕਰਦੀ ਆ ਫਿਰ ਉਹ ਜੇ ਸ਼ਰਾਰਤਾਂ ਨਹੀਂ ਕਰੂਗੀ ਤਾਂ ਹੋਰ ਵਧੀਆ ਕਰ ਸਕਦੀ ਆ ਪੜ੍ਹਾਈ ਵੱਲ ਧਿਆਨ ਦੋ ਕੋਈ ਗੱਲ ਠੀਕ ਆ ਤੁਹਾਡੀ ਕੁੜੀ ਸਿਰਫ ਔਰ ਸਿਰਫ ਪਾਸ ਹੋਈ ਹੈ ਅੱਗੇ ਹੋਰ ਕਰ ਸਕਦੀ ਹੈ ਪਰ ਇਹ ਕਰ ਨਹੀਂ ਰਹੀ ਹਾਂਜੀ ਇੱਧਰ ਇਹ ਫੋਨ ਵਗੈਰਾ ਬੜਾ ਦੇਖਦੀ ਹੈ ਜੀ ਤੁਸੀਂ ਵੀ ਥੋੜਾ ਜਿਹਾ ਟੱਕਿਆ ਕਰੋ ਇਹਨੂੰ ਫੋਨ ਘੱਟ ਦੇਖਿਆ ਕਰੇ ਮੈਮ ਮੰਨਦੀ ਨਹੀਂ ਜੀ ਕੋਈ ਨਹੀਂ ਅਸੀਂ ਵੀ ਸਮਝਾਵਾਂਗੇ ਤੁਸੀਂ ਵੀ ਸਮਝਾਓ ਥੋੜਾ ਜਿਹਾ ਇਹਨੂੰ ਫਿਰ ਇਹ ਵਧੀਆ ਕਰ ਸਕੂਗੀ ਅਗਲੀ ਵਾਰ ਤਾਂ ਮੈਂ ਵਧੀਆ ਕਰੂੰ ਜੇ ਮੈਂ ਵਧੀਆ ਬੜੀ ਫਿਰ ਮੈਨੂੰ ਆਈਫੋਨ ਮਿਲੂਗਾ ਮਿਲ ਜੂਗਾ ਠੀਕ ਆ ਕਿੰਨੇ ਜਾਣੇ ਪਾਸ ਆ ਆਧੇ ਪਾਸ ਹੈ ਆਧੇ ਫੇਲ ਹੈ ਆਪਕੇ ਸਰ ਕੋਈ ਨੀ ਆਇਆ ਹੈਗਾ ਅਜੇ ਫੋਨ ਲਾਈ ਜਾਂਦੇ ਫੋਨ ਬੰਦ ਆਈ ਜਾਂਦੇ ਜਵਾਕਾਂ ਦੇ ਚੱਕਦੀ ਨੀ ਪਾਸ ਹੈ ਸਾਰੇ ਅੱਧੇ ਪਾਸ ਅੱਧੇ ਫੇਲ ਆ ਓਕੇ ਸਰ ਦਿਖਾਇਆ ਗਿਆ ਹੈ ਕਿ ਕਲਾਸ ਵਿੱਚ ਕੀ ਹੁੰਦਾ ਹੈ ਤੇ ਐਗਜ਼ਾਮ ਟਾਈਮ ਕੀ ਹੁੰਦਾ ਹੈ ਅਤੇ ਬੱਚਿਆਂ ਦਾ ਰਿਜ਼ਲਟ ਫਿਰ ਕੀ ਆਉਂਦਾ ਹੈ ਲਾਈਫ ਨੂੰ ਦਿਖਾਇਆ ਗਿਆ ਹੈ ਕਿ ਕਲਾਸ ਵਿੱਚ ਕੀ ਹੁੰਦਾ ਹੈ ਤੇ ਐਗਜ਼ਾਮ ਟਾਈਮ ਕੀ ਹੁੰਦਾ ਹੈ ਅਤੇ ਬੱਚਿਆਂ ਦਾ ਰਿਜ਼ਲਟ ਫਿਰ ਕੀ ਆਉਂਦਾ ਹੈ ਲਾਈਫ ਨੂੰ ਇੰਜੋਏ ਵੀ ਕਰਨਾ ਹੈ ਪਰ ਸਭ ਤੋਂ ਜਿਆਦਾ ਪ੍ਰਾਇਓਰਿਟੀ ਸਾਨੂੰ ਆਪਦੀ ਪੜ੍ਹਾਈ ਨੂੰ ਦੇਣੀ ਚਾਹੀਦੀ ਹੈ ਹਮੇਸ਼ਾ ਯਾਦ ਰੱਖਣਾ ਕਿ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਜੇਕਰ ਅਸੀਂ ਹੁਣ ਸਟਰਗਲ ਕਰਾਂਗੇ ਸਟਰਗਲ ਕਰਕੇ ਪੜ੍ਹਾਈ ਕਰਾਂਗੇ ਤਾਂ ਬਾਅਦ ਵਿੱਚ ਅਸੀਂ ਆਪਦੀ ਲਾਈਫ ਇੰਜੋਏ ਕਰ ਸਕਦੇ ਹਾਂ ਜੇਕਰ ਅਸੀਂ ਹੁਣ ਆਪਦੀ ਲਾਈਫ ਇੰਜੋਏ ਕਰਾਂਗੇ ਤਾਂ ਬਾਅਦ ਵਿੱਚ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਸਕਿੱਟ ਦੁਆਰਾ ਅਸੀਂ ਇਹ ਵੀ